ਡਰੋਨ ਇਸ ਕਰਕੇ ਲੈ ਕੇ ਆਏ ਹਾਂ, ਅਸੀਂ ਦੋ ਦਿਨ ਬਹੁਤ ਖੱਜਲ ਖੁਆਰ ਹੋਏ ਹਾਂ, ਅਸੀਂ ਬਿਲਕੁਲ ਬੈਰੀਗੇਟਾਂ ਦੇ ਅੱਗੇ ਸੀ। ਜਦੋਂ ਅਸੀਂ ਅੱਗੇ ਵੱਧਦੇ ਸੀ ਤਾਂ ਉਹਨਾਂ ਦੇ ਡਰੋਨ ਨਾਲ ਸਾਡੇ ਉੱਪਰ ਫਾਇਰਿੰਗ ਕੀਤੀ ਜਾਂਦੀ ਸੀ। ਜਿੱਦਾਂ ਕਹਿੰਦੇ ਲੋਹੇ ਨੂੰ ਲੋਹਾ ਕੱਟਦਾ ਹੈ, ਹੁਣ ਕਿਸਾਨ ਕਿਸਾਨ ਨਹੀਂ ਰਿਹਾ, ਕਿਸਾਨ ਇੰਜੀਨੀਅਰ ਵੀ ਨਾਲ ਹੈ। ਉਹਦੇ ਜਿਹੜੇ ਪਰ ਨੇ, ਪਰਾਂ ਵਿੱਚ ਜੇ ਇੱਕ ਪਰ ਵੀ ਡੈਮੇਜ ਹੋ ਗਿਆ ਤਾਂ ਕੰਮ ਨਹੀਂ ਕਰੇਗਾ, ਅਸੀਂ ਸਿਰਫ ਵਿੱਚ ਫਸਾ ਕੇ ਪਰ ਤੋੜਨ ਦੀ ਕੋਸ਼ਿਸ਼ ਕਰਨੀ ਹੈ। ਸ਼ੰਭੂ ਬਾਰਡਰ 'ਤੇ ਕਿਸਾਨੀ ਅੰਦੋਲਨ ਦਾ ਅੱਜ ਤੀਜਾ ਦਿਨ ਹੈ। ਤੀਜੇ ਦਿਨ ਸ਼ਾਂਤੀ ਨਜ਼ਰ ਆਈ, ਮਾਹੌਲ ਠੀਕ ਰਿਹਾ, ਅੱਜ ਤਣਾਅ ਤੋਂ ਬਚਤ ਰਹੀ। ਔਰ ਕੱਲ੍ਹ ਅਸੀਂ ਜਿਸ ਤਰ੍ਹਾਂ ਦੇਖਿਆ ਜਾਂ ਦੋ ਦਿਨ ਅਸੀਂ ਜਿਸ ਤਰ੍ਹਾਂ ਦੀਆਂ ਤਸਵੀਰਾਂ ਦੇਖੀਆਂ ਤਾਂ ਬੇਹੱਦ ਤਣਾਅ ਭਰਿਆ ਮਾਹੌਲ ਸ਼ੰਭੂ ਬਾਰਡਰ 'ਤੇ ਬਣਿਆ ਰਿਹਾ। ਇੱਕ ਡਰੋਨ ਆਉਂਦਾ ਸੀ ਹਰਿਆਣੇ ਵਾਲੇ ਪਾਸਿਓਂ ਅਤੇ ਪੰਜਾਬ ਵਾਲੇ ਪਾਸੇ ਆ ਕੇ ਅਥਰੂ ਗੈਸ ਦੇ ਗੋਲੇ ਸਿੱਟ ਜਾਂਦਾ ਸੀ, ਜਿਸ ਤੋਂ ਕਾਫੀ ਦੁਖੀ ਤੇ ਕਾਫੀ ਖੱਜਲ ਨਜ਼ਰ ਆਏ ਪੰਜਾਬ ਵਾਲੇ ਪਾਸੇ ਦੇ ਕਿਸਾਨ। ਹਾਲਾਂਕਿ ਇੱਕ ਡਰੋਨ ਪਤੰਗ ਨਾਲ ਸਿੱਟ ਲਿਆ, ਪਰ ਕਹਿੰਦੇ ਕਿ ਤਿਆਰੀ ਦੀ ਜ਼ਿਆਦਾ ਲੋੜ ਹੈ, ਤਾਂ ਅੱਜ ਤਿਆਰੀ ਹੋਰ ਨਜ਼ਰ ਆਈ ਹੈ। ਹਾਲਾਂਕਿ ਤੀਜਾ ਦਿਨ ਇੱਕ ਤਰ੍ਹਾਂ ਨਾਲ ਸੀਜ਼ ਫਾਇਰ ਅਸੀਂ ਕਵਾਂਗੇ ਕਿ ਅੱਜ ਕੋਈ ਐਕਟੀਵਿਟੀ ਜ਼ਿਆਦਾ ਨਹੀਂ ਹੋਈ, ਦੋਨੇ ਪਾਸਿਓਂ ਸ਼ਾਂਤੀ ਬਣੀ ਰਹੀ। ਪਰ ਫਿਰ ਵੀ ਕਹਿੰਦੇ ਪਤਾ ਨਹੀਂ ਲੱਗਦਾ, ਕਈ ਵਾਰ ਮਾਹੌਲ ਖਰਾਬ ਹੋ ਜਾਂਦਾ, ਡਰੋਨ ਕਿਧਰੇ ਦੁਬਾਰਾ ਨਾ ਆ ਜਾਏ ਤੇ ਡਰੋਨ ਦਾ ਤੋੜ ਡਰੋਨ ਲਿਆਏ ਆ। ਤਾਂ ਇਹ ਡਰੋਨ ਕਿਉਂ ਲਿਆਏ ਆ, ਕਿੱਥੋਂ ਲਿਆਏ ਆ, ਕਿਵੇਂ ਇਹਦੇ ਨਾਲ ਮੁਕਾਬਲਾ ਕਰਨਾ ਚਾਹੁੰਦੇ ਆ, ਬਾਈ ਜੀ ਕਿੱਥੋਂ ਆਏ ਤੁਸੀਂ, ਕੀ ਨਾਂ ਤੁਹਾਡਾ? ਅਸੀਂ ਮਰੇਕਪੁਰ ਲਦੈਂਦਰ ਜੀ ਦਾ ਨਾਮ ਆ ਜੀ ਮੇਰਾ, ਸੀਹਾਂ ਦਾ ਉੱਤੋਂ। ਅਸੀਂ ਡਰੋਨ ਇਸ ਕਰਕੇ ਲੈ ਕੇ ਆਏ ਹਾਂ, ਅਸੀਂ ਦੋ ਦਿਨ ਬਹੁਤ ਖੱਜਲ ਖੁਆਰ ਹੋਏ ਹਾਂ, ਅਸੀਂ ਬਿਲਕੁਲ ਬੈਰੀਗੇਟਾਂ ਦੇ ਅੱਗੇ ਸੀ। ਜਦੋਂ ਅਸੀਂ ਅੱਗੇ ਵੱਧਦੇ ਸੀ ਤਾਂ ਉਹਨਾਂ ਦੇ ਡਰੋਨ ਨਾਲ ਸਾਡੇ ਉੱਪਰ ਫਾਇਰਿੰਗ ਕੀਤੀ ਜਾਂਦੀ ਸੀ, ਤਾਂ ਅਸੀਂ ਬਹੁਤ ਹੀ ਪਰੇਸ਼ਾਨ ਸੀ ਉਸਦਾ ਤੋੜ ਲੱਭਣ ਲਈ। ਜਿੱਦਾਂ ਕਹਿੰਦੇ ਲੋਹੇ ਨੂੰ ਲੋਹਾ ਕੱਟਦਾ ਹੈ, ਹੁਣ ਕਿਸਾਨ ਕਿਸਾਨ ਨਹੀਂ ਰਿਹਾ, ਕਿਸਾਨ ਇੰਜੀਨੀਅਰ ਵੀ ਨਾਲ ਹੈ, ਅਤੇ ਅਸੀਂ ਉਸਦਾ ਤੋੜ ਲੱਭਣ ਲਈ ਡਰੋਨ ਨੂੰ ਮਤਲਬ ਕਿੱਦਾਂ ਅਸੀਂ ਮਾਰ ਪਾ ਸਕਦੇ ਹਾਂ। ਤਾਂ ਅਸੀਂ ਇਹ ਨਵਾਂ ਡਰੋਨ ਪਰਚੇਜ ਕੀਤਾ ਅੱਜ ਅਸੀਂ, ਜਦੋਂ ਨਾਲ ਡਰੋਨ ਸਾਡੇ ਹੁਣ ਉੱਪਰ ਆਏਗਾ, ਇੱਧਰ ਕਵਰ ਕਰੇਗਾ ਪੰਜਾਬ ਵਾਲੀ ਸਾਈਡ, ਤਾਂ ਅਸੀਂ ਡਰੋਨ ਨੂੰ ਅਸੀਂ ਉੱਪਰ ਉਡਾ ਕੇ ਉਹਦੇ ਵਿੱਚ ਫਸਾ ਕੇ ਉਹ ਡਰੋਨ ਨੂੰ ਨੀਚੇ ਸਿੱਟਾਂਗੇ ਅਸੀਂ। ਵੈਸੇ ਵੇਖਿਆ ਜਾਵੇ ਤਾਂ ਚਲੋ ਕੋਸ਼ਿਸ਼ ਹੈ ਤੁਹਾਡੀ, ਪਰ ਉਹ ਡਰੋਨ ਬਾਬਾ ਤਕੜਾ ਲੱਗਦਾ ਦੇਖਣ ਨੂੰ, ਤੇ ਇਹ ਛੋਟਾ ਤੁਹਾਡਾ ਡਰੋਨ, ਇਹ ਮੁਕਾਬਲਾ ਕਰੂਗਾ ਕਿਵੇਂ? ਬਿਲਕੁਲ ਮੁਕਾਬਲਾ ਕਰੇਗਾ, 300 ਮੀਟਰ ਦੀ ਰੇਂਜ ਆ ਅਸੀਂ ਉੱਪਰ ਤੋਂ। ਉਹਦੇ ਜਿਹੜੇ ਪਰ ਨੇ, ਪਰਾਂ ਵਿੱਚ ਇੱਕ ਪਰ ਵੀ ਡੈਮੇਜ ਹੋ ਗਿਆ ਤਾਂ ਕੰਮ ਨਹੀਂ ਕਰੇਗਾ, ਅਸੀਂ ਸਿਰਫ ਵਿੱਚ ਫਸਾ ਕੇ ਪਰ ਤੋੜਨ ਦੀ ਕੋਸ਼ਿਸ਼ ਕਰਨੀ ਹੈ। ਤੇ ਪਰ ਇਹ ਤੁਹਾਡਾ ਵੀ ਨੁਕਸਾਨਿਆ ਜਾਊਗਾ? ਕੋਈ ਗੱਲ ਨਹੀਂ ਜੀ, ਸਾਨੂੰ ਕੁਰਬਾਨੀ ਚੰਗੀ ਹੈ, ਇੱਕ ਡੈਮੇਜ ਹੋ ਜਾਊਗਾ ਤਾਂ ਸਾਨੂੰ ਸਾਡਾ ਇੱਦਾਂ ਜਿਹੜਾ ਮੋਰਚਾ ਫਤਿਹ ਸਾਡੇ ਲਈ। ਅੱਛਾ, ਜਮਾਂ ਨਵਾਂ ਡੱਬਾ ਬੰਦ ਲਿਆਇਆ ਲੱਗਦੇ? ਬਿਲਕੁਲ ਅੱਜ ਹੀ ਲੈ ਕੇ ਆਇਆ ਜੀ, ਅੱਜ ਹੀ ਪਰਚੇਜ ਕੀਤਾ। ਤਾਂ ਡੱਬਾ ਬੰਦ ਡਰੋਨ ਲਿਆਏ ਆ ਜੀ, ਕਹਿੰਦੇ ਕਿ ਡਰੋਨ ਦਾ ਮੁਕਾਬਲਾ ਹੁਣ ਡਰੋਨ ਨਾਲ ਕਰਾਂਗੇ, ਜੇ ਹੁਣ ਡਰੋਨ ਕਿਧਰੇ ਆਇਆ ਤਾਂ ਫਿਰ ਚਾਹੇ ਇਹਨਾਂ ਦਾ ਨੁਕਸਾਨ ਨਹੀਂ ਜਾਵੇ, ਕਹਿੰਦੇ ਬਾਹਲਾ ਕੁਛ ਨਹੀਂ ਤਾਂ ਉਹਦੇ ਖੰਭਾਂ 'ਚ ਫਸਾ ਕੇ ਉਹਨੂੰ ਸਿੱਟ ਲਾਂਗੇ। ਤਾਂ ਕਹਿੰਦੇ ਕਿਸਾਨ ਹੁਣ ਟੈਕਨੋਲੋਜੀ ਦੇ ਨਾਲ ਚੱਲਦਾ, ਕਿਸਾਨ ਹੁਣ ਇੰਜੀਨੀਅਰ ਵੀ ਬਣ ਗਿਆ।